ਸੈਂਸਰ ਬੋਰਡ 'ਤੇ ਦਬਾਅ ਪਾਇਆ ਜਾ ਰਿਹਾ ਜੀ, ਅਤੇ ਮੇਰੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਰੋਕੀ ਜਾ ਰਹੀ ਆ। ਕੰਗਣਾ ਰਣੌਤ ਆਪਣੀ ਪਾਰਟੀ ਨਾਲ ਵੀ ਨਾਰਾਜ਼ ਚੱਲ ਰਹੀ। ਕੰਗਣਾ ਰਣੌਤ ਨੂੰ ਇਹ ਲੱਗ ਰਿਹਾ ਵੀ ਬੀਜੇਪੀ ਮੇਰੇ ਤੋਂ ਪਿੱਛਾ ਛੁਡਾ ਰਹੀ ਹੈ। ਪਹਿਲਾਂ ਤਾਂ ਸੈਂਸਰ ਬੋਰਡ ਨੂੰ ਕੰਗਣਾ ਰਣੌਤ ਨੂੰ ਲੱਗ ਰਿਹਾ ਸੀ ਕਿ ਇਹ ਫਿਲਮ ਜਿਹੜੀ ਨਹੀਂ ਰੁਕ ਸਕਦੀ, ਕਿਉਂ? ਕਿਉਂਕਿ ਉਹ ਬੀਜੇਪੀ ਦੀ MP ਹੈ। ਬਿਲਕੁਲ, ਕੰਗਣਾ ਰਣੌਤ ਨਹੀਂ ਚਾਹੁੰਦੀ ਕਿ ਮੈਂ ਜਿਹੜੇ ਸਿੱਖ ਭਾਈਚਾਰੇ ਦੇ ਖਿਲਾਫ ਜਿਹੜੇ ਸੀਨ ਜਾਂਦੇ ਉਹਨੂੰ ਕੱਟਾਂ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਬੋਲਦਾ ਪੰਜਾਬ ਦੇ ਵਿੱਚ ਫਿਲਮ ਐਮਰਜੈਂਸੀ ਦੀ ਗੱਲ ਕਰਾਂਗੇ। ਜਿਹੜੀ ਐਮਰਜੈਂਸੀ ਫਿਲਮ ਹੈ ਕੰਗਣਾ ਰਣੌਤ ਦੀ, ਇੱਕ ਵਾਰ ਜਿਹੜੀ ਅਵੇਅਰ ਵਿਵਾਦਾਂ ਦੇ ਵਿੱਚ ਚੱਲ ਰਹੀ ਸੀ, ਜਿਸ ਤੋਂ ਬਾਅਦ ਉਸਨੂੰ ਜਿਹੜਾ ਕਲੀਅਰੈਂਸ ਜਿਹੜੀ ਹੈ ਯਾਨੀ ਕਿ ਸਰਟੀਫਿਕੇਟ ਆ ਉਹ ਨਹੀਂ ਮਿਲਿਆ। ਸਰਟੀਫਿਕੇਟ ਕਿਉਂ ਨਹੀਂ ਮਿਲਿਆ, ਕੀ ਉਹਦੇ ਵਿੱਚ ਜਿਹੜੇ ਸੀਨ ਨੇ ਉਹ ਕੱਟੇ ਜਾਣਗੇ, ਅਤੇ ਅੱਗੇ ਕੀ ਸਿਨੇਮਾ ਕਰਨ ਦੇ ਵਿੱਚ ਫਿਲਮ ਜਿਹੜੀ ਆ ਉਹ ਲੱਗੇਗੀ, ਅੱਜ ਇਸ 'ਤੇ ਪੂਰੀ ਜਿਹੜੀ ਆ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਲਾ ਜੀ ਮੌਜੂਦ ਰਹਿਣਗੇ। ਰਪਾਲੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਪਾਲਾ ਜੀ, ਕੀ ਹੁਣ ਐਮਰਜੈਂਸੀ ਫਿਲਮ ਜਿਹੜੀ ਕੰਗਣਾ ਰਣੌਤ ਜੀ, ਕੀ ਉਹ ਫਿਲਮ ਲੱਗੇਗੀ ਜਾਂ ਇਸ 'ਤੇ ਰੋਕ ਲੱਗ ਗਈ ਆ? ਦੇਖੋ ਅਮਰਜੀਤ, ਗੱਲ ਇਹ ਹੈ ਵੀ ਫਿਲਮ ਰਿਲੀਜ਼ ਹੋਣੀ ਸੀ 6 ਸਤੰਬਰ ਜੀ, ਅਜੇ 6 ਸਤੰਬਰ ਦੇ ਵਿੱਚ ਅੱਜ 4-5 ਦਿਨ ਬਾਕੀ ਹੈ ਜੀ। ਕੱਲ੍ਹ ਸਵੇਰੇ ਅਚਾਨਕ ਜਿਹੜੇ ਫਿਲਮ ਦੇ ਮੁੱਖ ਭੂਮਿਕਾ ਨਿਭਾ ਰਹੀ ਹੈ ਕੰਗਣਾ ਰਣੌਤ ਜੀ, ਮੁੱਖ ਅਦਾਕਾਰਾ, ਉਹਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਇੱਕ ਪੋਸਟ ਪਾਈ ਜੀ ਲਾਈਵ, ਉਹ ਉਹਨੇ ਇਹ ਗੱਲ ਕਹੀ ਹੈ ਕਿ ਸੈਂਸਰ ਬੋਰਡ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਸੈਂਸਰ ਬੋਰਡ 'ਤੇ ਦਬਾਅ ਪਾਇਆ ਜਾ ਰਿਹਾ ਜੀ, ਅਤੇ ਮੇਰੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਰੋਕੀ ਜਾ ਰਹੀ ਆ, ਉਹਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਅਤੇ ਉਹਨੂੰ ਰੱਦ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ। ਆਪਾਂ ਜਵਾਨੀ ਸੁਣ ਲੈਂਦੇ ਹਾਂ ਆਪਾਂ ਕੰਗਣਾ ਰਣੌਤ ਦੀ, ਪਹਿਲਾਂ ਦਰਸ਼ਕਾਂ ਨੂੰ ਕਿ ਕੰਗਣਾ ਰਣੌਤ ਨੇ ਕੀ ਕਿਹਾ ਸੀਗਾ ਕੱਲ੍ਹ ਸਵੇਰੇ। ਕਈ ਤਰ੍ਹਾਂ ਕੀ ਅਫਵਾਹ ਉੱਡ ਰਹੀ ਹੈ ਕਿ ਹਮਾਰੀ ਫਿਲਮ ਐਮਰਜੈਂਸੀ ਕੋ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ, ਇਟ ਇਜ਼ ਨੋਟ ਟਰੂ। ਇਨਫੈਕਟ ਹਮੇ ਹਮਾਰੀ ਫਿਲਮ ਕਲੀਅਰ ਹੋ ਗਈ ਥੀ, ਲੇਕਿਨ ਉਸਕੀ ਸਰਟੀਫਿਕੇਸ਼ਨ ਰੋਕ ਲਈ ਗਈ ਹੈ ਕਿਉਂਕਿ ਬਹੁਤ ਜ਼ਿਆਦਾ ਧਮਕੀਆਂ ਆ ਰਹੀ ਹੈ ਜਾਨ ਸੇ ਮਾਰ ਦੇਣੇ ਕੀ, ਔਰ ਸੈਂਸਰ ਵਾਲੋਂ ਕੋ ਬਹੁਤ ਜ਼ਿਆਦਾ ਧਮਕੀਆਂ ਆ ਰਹੀ ਹੈ। ਤੋ ਹਮੇ ਹਮ ਪੇ ਯੇ ਪ੍ਰੈਸ਼ਰ ਹੈ ਕਿ ਮਿਸਿਸ ਗਾਂਧੀ ਕੀ ਅਸੈਸੀਨੇਸ਼ਨ ਨਾ ਦਿਖਾਏ, ਬਿੰਡਨ ਵਾਲਾ ਕੋ ਨਾ ਦਿਖਾਏ, ਪੰਜਾਬ ਰਾਈਟਸ ਨਾ ਦਿਖਾਏ। ਆਈ ਡੋਂਟ ਨੋ ਕਿ ਫਿਰ ਕਿਆ ਦਿਖਾਏ ਕਿ ਕਿਆ ਹੁਆ ਕਿ ਫਿਲਮ ਅਚਾਨਕ ਸੇ ਬਲੈਕਆਊਟ ਹੋ ਜਾਤੀ ਹੈ। ਸੋ ਦਿਸ ਇਜ਼ ਅਨਬਿਲੀਵੇਬਲ ਟਾਈਮ ਫੋਰ ਮੀ ਐਂਡ ਆਈ ਐਮ ਵੈਰੀ ਸੋਰੀ ਫੋਰ ਦ ਸਟੇਟ ਆਫ ਥਿੰਗਸ ਇਨ ਦਿਸ ਕੰਟਰੀ। ਦੇਖੋ ਕੰਗਣਾ ਰਣੌਤ ਨੇ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ, ਕੰਗਣਾ ਰਣੌਤ ਨੇ ਗੱਲ ਕੀ ਹੈ, ਹੁਣ ਕੰਗਣਾ ਰਣੌਤ ਆਪਣੀ ਪਾਰਟੀ ਨਾਲ ਵੀ ਨਾਰਾਜ਼ ਚੱਲ ਰਹੀ ਹੈ। ਬਿਲਕੁਲ, ਕਿਉਂ? ਕਿਉਂਕਿ ਭਾਰਤੀ ਜਨਤਾ ਪਾਰਟੀ ਹਾਲ ਦੀ ਕੜੀ ਇਹ ਗੱਲ ਨਹੀਂ ਚਾਹੁੰਦੀ, ਕਿਉਂਕਿ ਹਰਿਆਣਾ 'ਚ ਵੀ ਚੋਣਾਂ ਨੇ, ਜੰਮੂ ਕਸ਼ਮੀਰ 'ਚ ਵੀ ਚੋਣਾਂ ਨੇ, ਅਤੇ ਆਉਣ ਵਾਲੇ ਕੁਝ ਦੇਰ 'ਚ, ਕੁਝ ਮਹੀਨਿਆਂ ਦੇ ਅੰਦਰ ਅੰਦਰ ਦਿੱਲੀ ਚੋਣਾਂ ਹੋਣ ਜਾ ਰਹੀਆਂ ਨੇ, ਹੋਰ ਕਈ ਸਟੇਟਾਂ ਜਿਹੜੀਆਂ ਚੋਣਾਂ ਹੋ ਜਾ ਰਹੀਆਂ। ਕੋਈ ਵੀ ਪਾਰਟੀ, ਖਾਸ ਕਰਕੇ ਕਿਸੇ ਵੀ ਇੱਕ ਸਪੈਸੀਫਿਕ ਕਿਸੇ ਕਮਿਊਨਿਟੀ ਦੇ ਨਾਲ ਜਿਹੜਾ ਉਹਦੇ ਨਾਲ ਕੋਈ ਪੰਗਾ ਨਹੀਂ ਲੈਣਾ ਚਾਹੁੰਦੀ, ਜਾਂ ਉਹਦਾ ਕਈ ਵਾਰ ਹੁੰਦਾ ਕਿ ਉਹਦਾ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀ, ਨੁਕਸਾਨ ਹੋ ਸਕਦਾ ਬੀਜੇਪੀ ਨੂੰ, ਪੋਲੀਟੀਕਲੀ ਨੁਕਸਾਨ ਹੋਏਗਾ। ਤਾਂ ਬੀਜੇਪੀ ਨਹੀਂ ਚਾਹੁੰਦੀ ਕਿ ਆਪਾਂ ਸਿੱਖ ਕੌਮ ਦੇ ਨਾਲ ਜਿਹੜਾ ਹੈਗਾ ਇੱਦਾਂ ਦਾ ਇਹਦੀ ਫਿਲਮ ਜਿਹੜੀ ਰਿਲੀਜ਼ ਹੋਵੇ, ਰਿਲੀਜ਼ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਹੋਵੇ। ਹੁਣ ਬੀਜੇਪੀ ਨੇ, ਤੁਸੀਂ ਦੇਖਿਆ ਹੋਣਾ ਕਿ ਕੁਝ ਦਿਨ ਪਹਿਲਾਂ, 2-3 ਦਿਨ ਪਹਿਲਾਂ ਇੱਕ ਪੱਤਰ ਵੀ ਜਾਰੀ ਕੀਤਾ ਸੀ ਅਤੇ ਕੰਗਣਾ ਰਣੌਤ ਨੂੰ ਵੀ ਤਾੜਨਾ ਕੀਤੀ ਸੀ ਕਿ ਜਿਹੜੇ ਤੁਸੀਂ ਐਕਸ ਅਕਾਊਂਟ 'ਤੇ ਪਾਇਆ ਉਹਨੇ 4-5 ਦਿਨ ਪਹਿਲਾਂ, ਤੁਹਾਡਾ ਯਾਦ ਹੋਣਾ, ਅਤੇ ਇੱਕ ਉਹਨਾਂ ਨੇ ਪੁਰਾਣੀ ਯਾਦ ਕਰਾਈ ਸੀਗੀ ਜਦੋਂ ਕਿਸਾਨ ਅੰਦੋਲਨ ਵਾਲੀ,
ਤੇ ਉੱਥੇ ਕਿਹਾ ਸੀ ਵੀ ਇਹ ਲਾਸ਼ਾਂ ਲਟਕਾਉਂਦੇ ਨੇ, ਇੱਥੇ ਰੇਪ ਵਰਗੀਆਂ ਘਟਨਾਵਾਂ ਹੁੰਦੀਆਂ ਨੇ, ਮਤਲਬ ਇੱਦਾਂ ਦੇ ਕਾਫੀ ਕੁਝ ਉਹਨੇ ਲਿਖਿਆ ਸੀ। ਜਿਸ ਤੋਂ ਬਾਅਦ ਉੱਥੇ ਕਾਫੀ ਜਿਹੜਾ ਵਿਰੋਧ ਹੋਇਆ ਸੀ ਇਸ ਕੌਮ ਨੂੰ, ਤੇ ਉਸ ਤੋਂ ਬਾਅਦ ਇੱਕ ਦਿਨ ਬਾਅਦ ਜਾਂ ਦੋ ਦਿਨ ਬਾਅਦ ਬੀਜੇਪੀ ਨੂੰ ਇਹ ਗੱਲ ਕਹਿਣੀ ਪਈ ਲਿਖਤੀ ਤੌਰ ਤੇ। ਬੀਜੇਪੀ ਦੇ ਜਿਹੜਾ ਮੀਡੀਆ ਸੈਂਟਰ ਆ ਉਹਨੇ ਇੱਕ ਲਿਖਤੀ ਤੌਰ 'ਚ ਕਿਹਾ ਕਿ ਜੋ ਕੰਗਣਾ ਰਣੌਤ ਨੇ ਕਿਹਾ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਇਹ ਇਹਦੇ ਨਿੱਜੀ ਵਿਚਾਰ। ਤੇ ਉਹਨੇ ਇਹ ਵੀ ਕਿਹਾ ਕਿ ਕੰਗਣਾ ਰਣੌਤ ਨੂੰ ਵੀ ਤਾੜਨਾ ਕੀਤੀ ਕਿ ਇਹੋ ਜਿਹਾ ਕੁਛ ਨਾ ਕੀਤਾ ਜਾਵੇ ਜਿਹੜਾ ਕਿਸੇ ਵਿਸ਼ੇਸ਼ ਭਾਈਚਾਰੇ ਦੇ ਜਿਹੜਾ ਕਿਸੇ ਦੇ ਮਨ ਨੂੰ ਠੇਸ ਪਹੁੰਚੇ। ਤਾਂ ਹੁਣ ਉਸ ਤੋਂ ਕੰਗਣਾ ਰਣੌਤ ਨੂੰ ਇਹ ਲੱਗ ਰਿਹਾ ਵੀ ਬੀਜੇਪੀ ਮੇਰੇ ਤੋਂ ਪਿੱਛਾ ਛੁਡਾ ਰਹੀ ਆ, ਬੀਜੇਪੀ ਸ਼ਾਇਦ ਮੇਰੇ ਨਾਲ ਨਾ ਖੜੇ। ਠੀਕ ਹੈ, ਹੁਣ ਉਹਨੂੰ ਦੇਖਦੇ ਆਪਾਂ ਕਿ ਜਿਹੜੀ ਸੈਂਸਰ ਬੋਰਡ ਹੈ, ਪਹਿਲਾਂ ਤਾਂ ਸੈਂਸਰ ਬੋਰਡ ਨੂੰ ਕੰਗਣਾ ਰਣੌਤ ਨੂੰ ਲੱਗ ਰਿਹਾ ਸੀ ਕਿ ਇਹ ਫਿਲਮ ਜਿਹੜੀ ਨਹੀਂ ਰੁਕ ਸਕਦੀ, ਕਿਉਂ? ਕਿਉਂਕਿ ਉਹ ਬੀਜੇਪੀ ਦੀ MP ਹੈ। ਬਿਲਕੁਲ, ਤੇ ਸੈਂਸਰ ਬੋਰਡ ਨੇ ਕੰਮ ਉਹੀ ਕਰਨਾ ਜੋ ਸੈਂਟਰ ਸਰਕਾਰ ਨੇ ਕਹਿਣਾ। ਬਿਲਕੁਲ, ਤੇ ਸੈਂਟਰ ਸਰਕਾਰ ਦੇ ਵਿੱਚ ਉਹ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਆ, ਉਹਨੂੰ ਲੱਗ ਰਿਹਾ ਸੀ ਕਿ ਮੇਰੀ ਫਿਲਮ ਨਹੀਂ ਰੁਕ ਸਕਦੀ ਜਿੰਨਾ ਮਰਜ਼ੀ ਪ੍ਰਦਰਸ਼ਨ ਹੋਵੇ, ਸਰਕਾਰ ਜਿਹੜਾ ਸੈਂਟਰ ਸਰਕਾਰ ਦੇ ਨੁਮਾਇੰਦੇ ਨੂੰ ਮੇਰੀ ਸਪੋਰਟ ਕਰਨਗੇ। ਬਿਲਕੁਲ, ਸਪੋਰਟ ਕਰਨਗੇ ਸਰਕਾਰ ਪੱਧਰ ਤੇ ਵੀ। ਤੇ ਉਹਨੂੰ ਇਹ ਲੱਗ ਰਿਹਾ ਸੀ ਵੀ ਜਿੰਨਾ ਮਰਜ਼ੀ ਕੋਈ ਕੋਰਟ ਜਾਵੇ, ਅਦਾਲਤ ਜਾਵੇ, ਜਿੰਨਾ ਮਰਜ਼ੀ, ਕਿਉਂਕਿ ਸਰਬਜੀਤ ਸਿੰਘ ਖਾਲਸਾ ਨੇ ਸੈਂਟਰ ਸਰਕਾਰ ਨੂੰ ਪੱਤਰ ਲਿਖਿਆ ਸੀ, SGPC ਨੇ ਵੀ ਇਸ ਦੀ ਮੰਗ ਕੀਤੀ ਸੀ ਕਿ ਫਿਲਮਾਂ ਜਿਹੜੀ ਇਹਨੂੰ ਰੋਕ ਲਾਈ ਜਾਣੀ ਚਾਹੀਦੀ ਹੈ, ਸਾਨੂੰ ਫਿਲਮ ਦਿਖਾਈ ਜਾਵੇ ਤਾਂ ਇਹਦੀ ਸਕ੍ਰਿਪਟ ਆ ਸਾਨੂੰ ਉਹ ਦਿਖਾਈ ਜਾਵੇ। ਤਾਂ SGPC ਨੇ ਇਹ ਵੀ ਕਿਹਾ ਸੀ ਕਿ ਜਿਹੜੇ ਮੇਨ ਕੱਟ ਆ ਜਿਹੜੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਜਿਹੜੇ ਖਿਲਾਫ ਜਾਂਦੇ ਨੇ ਜਾਂ ਜਿਹੜੇ ਉਦੋਂ ਇੰਦਰਾ ਗਾਂਧੀ ਵੇਲੇ ਜਾਂ ਉਦੋਂ ਦੇ ਵਿੱਚ ਪਾਏ ਹੋਏ ਨੇ ਜਿਹੜੇ ਕਈ ਸੀਨ ਪਾਏ ਨੇ, ਤਾਂ ਉਹਦੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਿਹੜੇ ਉਹ ਵੀ ਜਿਹੜੇ ਹੈਗੇ ਜ਼ਿਕਰ ਕੀਤਾ ਵੀ ਉਹਨਾਂ ਨੂੰ ਜਿਹੜਾ ਹਟਾਇਆ ਜਾਵੇ। ਤਾਂ ਫਿਰ ਉਹਦੇ 'ਚ ਕੰਗਣਾ ਰਣੌਤ ਨੇ ਇਹ ਕਿਹਾ ਵੀ ਫਿਰ ਤਾਂ ਫਿਲਮ ਹੀ ਬਲੈਕਆਊਟ ਹੋ ਜਾਏਗੀ ਸਾਰੀ। ਬਿਲਕੁਲ ਠੀਕ, ਵੀ ਜੇ ਮੈਂ ਸਾਰੇ ਸੀਨ ਕੱਟਤੇ ਫਿਰ ਤਾਂ ਫਿਲਮ ਹੀ ਬਲੈਕਆਊਟ ਹੋ ਜਾਏਗੀ, ਫਿਰ ਤਾਂ ਫਿਲਮ ਦਾ ਆਧਾਰ ਹੀ ਕੋਈ ਰਹਿ ਜਾਂਦੀ। ਇਹਦਾ ਮਤਲਬ ਇਹ ਹੈ, ਬਿਲਕੁਲ ਕਲੀਅਰ ਸਾਹਮਣੇ ਕੰਨ 'ਤੇ ਲਿਖਿਆ ਨਜ਼ਰ ਆ ਰਿਹਾ ਕਿ ਕੰਗਣਾ ਰਣੌਤ ਨਹੀਂ ਚਾਹੁੰਦੀ ਕਿ ਮੈਂ ਜਿਹੜੇ ਸਿੱਖ ਭਾਈਚਾਰੇ ਦੇ ਖਿਲਾਫ ਜਿਹੜੇ ਸੀਨ ਜਾਂਦੇ ਉਹਨੂੰ ਕੱਟਾਂ। ਬਿਲਕੁਲ ਠੀਕ ਹੈ, ਉਹਦੇ ਮਨ ਦੀ ਤਮੰਨਾ ਇਹ ਹੈਗੀ ਆ ਕਿ ਇਹ ਸੀਨ ਜਿਹੜੇ ਚੱਲਣ ਇਹ ਚੱਲ ਕੇ ਉਸ ਤੋਂ ਬਾਅਦ ਸਿੱਖ ਕੌਮ ਭੜਕੇ ਤੇ ਪਹਿਲਾਂ ਵਰਗਾ ਮਾਹੌਲ ਬਣੇ ਤੇ ਪਹਿਲਾਂ ਵਾਂਗੂ ਸਿੱਖ ਕੌਮ ਮੇਰੇ ਖਿਲਾਫ ਜਿਹੜੀਆਂ ਆਵਾਜ਼ ਉਠਾਵੇ, ਪ੍ਰਦਰਸ਼ਨ ਹੋਣ। ਮਤਲਬ ਇਹੀ ਹੈ ਨਾ, ਫਿਰ ਤਾਂ ਕਲੀਅਰ ਇਹੀ ਹੋ ਗਿਆ ਵੀ ਇਹੀ ਚੀਜ਼ ਚਾਹੁੰਦੀ ਆ। ਹੁਣ ਬੀਜੇਪੀ ਨਹੀਂ ਚਾਹੁੰਦੀ, ਬੀਜੇਪੀ ਚਾਹੁੰਦੀ ਆ ਕਿ ਆਪਾਂ ਚਾਹੇ ਉਹ ਸਿੱਖ ਭਾਈਚਾਰਾ ਚਾਹੇ ਹਿੰਦੂ ਭਾਈਚਾਰਾ ਕੋਈ ਵੀ ਕਮਿਊਨਿਟੀ ਹੈ ਵੀ ਕਿਸੇ ਕਮਿਊਨਿਟੀ ਦਾ ਆਪਾਂ ਵਿਰੋਧ ਦਾ ਸਾਹਮਣਾ ਨਹੀਂ ਕਰਨਾ। ਤਾਂ ਉਹਨਾਂ ਨੇ ਸੈਂਸਰ ਬੋਰਡ ਨੇ ਉਹਨਾਂ ਦਾ ਸਰਟੀਫਿਕੇਟ ਰੋਕਤਾ, ਜਾਨੀ ਕਿ ਜੇ ਸਰਟੀਫਿਕੇਟ ਨਹੀਂ ਮਿਲਦਾ ਫਿਰ ਜਿਹੜੀ ਇਹ ਫਿਲਮ ਉਹ ਨਹੀਂ ਲੱਗਦੀ। ਹਾਂ, ਦੇਖੋ 6 ਸਤੰਬਰ ਤੋਂ ਪਹਿਲਾਂ ਜੀ ਸੈਂਸਰ ਬੋਰਡ ਨੂੰ ਇਹਦੇ 'ਤੇ ਕੋਈ ਨਾ ਕੋਈ ਫੈਸਲਾ ਲੈਣਾ ਪਏਗਾ। ਹਾਲ ਦੀ ਘੜੀ ਸਿਰਫ ਸਰਟੀਫਿਕੇਸ਼ਨ ਰੋਕੀ ਆ ਉਹਦੀ, ਨਾ ਤਾਂ ਫਿਲਮ ਰਿਲੀਜ਼ ਹੋਣ ਦੀ ਰੱਦ ਕੀਤੀ ਹੈ, ਨਾ ਫਿਲਮ ਰੱਦ ਕੀਤੀ ਹੈ, ਨਾ ਇਹ ਕਿਹਾ ਕਿ ਸੀਨ ਕੱਟ ਕੇ ਆਪਾਂ ਬਾਅਦ 'ਚ ਰਿਲੀਜ਼ ਕਰਾਂਗੇ। ਹਾਲੇ ਤੱਕ ਉਹਦਾ ਕੋਈ ਜਵਾਬ ਨਹੀਂ ਮਿਲਿਆ। ਜਿਹੜਾ ਤਾਂ ਸਥਿਤੀ ਸਪਸ਼ਟ ਹੈ ਐਮਰਜੈਂਸੀ ਫਿਲਮ ਦੀ ਵੀ ਰਿਲੀਜ਼ ਹੋਣੀ ਹੈ ਨਹੀਂ ਹੋਣੀ, ਕੱਟ ਲੱਗਣਗੇ ਕਿ ਨਹੀਂ ਲੱਗਣਗੇ, ਇੱਦਾਂ ਰਿਲੀਜ਼ ਹੋਏਗੀ ਜਾਂ ਕੱਟ ਤੋਂ ਬਾਅਦ ਜਾਂ ਕੋਈ ਨਵੀਂ ਡੇਟ ਆਏਗੀ, ਇਹ ਤਾਂ ਸਥਿਤੀ ਹੋਏਗੀ 5 ਜਾਂ 6 ਤਰੀਕ ਦੇ ਆਸ ਪਾਸ ਕਲੀਅਰ। ਪਰ ਹਾਲ ਦੀ ਘੜੀ ਇਹ ਹੈ, ਇੱਕ ਗੱਲ ਜ਼ਰੂਰ ਹੈ ਕਿ ਚੰਗੀ ਗੱਲ ਹੈ ਕਿ ਬੀਜੇਪੀ ਨੇ ਵੀ ਇੱਕ ਚੰਗੀ ਗੱਲ ਸੋਚੀ ਹੈ, ਸੈਂਸਰ ਬੋਰਡ ਨੇ ਵੀ ਇੱਕ ਚੰਗੇ ਜਿਹੜਾ ਫੈਸਲਾ ਲਿਆ ਕਿ ਸਰਟੀਫਿਕੇਸ਼ਨ ਰੋਕ ਲਈ ਗਈ ਆ। ਸਰਟੀਫਿਕੇਸ਼ਨ ਰੋਕਣ ਦਾ ਮਤਲਬ ਇਹ ਹੈ ਕਿ ਫਿਲਮ ਰਿਲੀਜ਼ ਹਾਲ ਦੀ ਘੜੀ ਨਹੀਂ ਹੋਣ ਜਾ ਰਹੀ। ਇਹ ਵੀ ਨਹੀਂ ਮੰਨਿਆ ਜਾਏਗਾ ਕਿ ਫਿਲਮ ਰੱਦ ਹੋਗੀ ਜਾਂ ਫਿਲਮ ਜਿਹੜੀ ਹੈਗੀ ਆ ਬੰਦ ਹੀ ਹੋਗੀ ਜਾਂ ਫਿਲਮ ਹੈ ਜਿਹੜੀ ਉਹ ਰਿਲੀਜ਼ ਹੋਣੀ ਹੋਣੀ। ਹਾਲ ਤੱਕ ਇੱਦਾਂ ਦਾ ਕੁਛ ਨਹੀਂ, ਸਰਟੀਫਿਕੇਟ ਨਹੀਂ ਦਿੱਤਾ ਆਪਾਂ ਸਿੱਧੀ, ਸਰਟੀਫਿਕੇਟ ਨਹੀਂ ਦਿੱਤਾ ਕਿਉਂਕਿ ਕੰਗਣਾ ਰਣੌਤ ਇਸ ਗੱਲ 'ਤੇ
ਬੀਜੇਪੀ ਦੇ ਵੀ ਖਿਲਾਫ਼ ਭੜਕੀ ਹੋਈ ਆ। ਅੰਦਰੂਨੀ ਤੌਰ 'ਤੇ ਜੇ ਤੁਸੀਂ ਉਹਦੀ ਜਿਹੜੀ ਉਹ ਗੱਲ ਕਰਦੇ ਆ, ਉਹਦੀ ਬੋਡੀ ਲੈਂਗੁਏਜ ਦੇਖੋਗੇ ਤੁਸੀਂ, ਤਾਂ ਉਹ ਕਿਤੇ ਨਾ ਕਿਤੇ ਬੀਜੇਪੀ ਦੇ ਖਿਲਾਫ਼ ਵੀ ਜਿਹੜੀ ਹੈਗੀ ਆ ਉਹ ਨਜ਼ਰ ਆ ਰਹੀ ਹੈ, ਕਿਉਂਕਿ ਉਹਨੂੰ ਇਹ ਲੱਗ ਰਿਹਾ ਕਿ ਸਮੁੱਚੀ ਬੀਜੇਪੀ ਪਾਰਟੀ ਸਿੱਖ ਭਾਈਚਾਰੇ ਦੇ ਨਾਲ ਖੜਗੀ। ਤੁਸੀਂ ਦੇਖ ਰਹੇ ਹੋ ਕਿ ਜਿਹੜੇ ਬੀਜੇਪੀ ਦੇ ਲੀਡਰ ਨੇ, ਉਹਦੇ ਵਿੱਚ ਰਵਨੀਤ ਬਿੱਟੂ ਆ ਜਾਂ ਹੋਰ ਕਈ ਮੈਂ ਬੀਜੇਪੀ ਲੀਡਰ ਨੇ ਸੁਣੀ ਆ, ਤਾਂ ਉਹਨਾਂ ਨੇ ਵੀ ਸੁਨੀਲ ਜਾਖੜ ਦੇ ਵੀ ਬਿਆਨ ਦਿੱਤਾ। ਸੁਨੀਲ ਜਾਖੜ ਨੇ ਬਿਲਕੁਲ, ਹੋਰ ਕਈ ਜਿਹੜੇ ਹੈਗੇ ਨੇ ਬੀਜੇਪੀ ਦੇ ਐਮਪੀ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਕੰਗਣਾ ਰਣੌਤ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ, ਪੁਰਾਣੀਆਂ ਯਾਦਾਂ ਜਿਹੜੀਆਂ ਨਹੀਂ ਹੈ ਉਹਦੇ 'ਚ। ਮੈਂ ਇਹਨਾਂ ਦਾ ਸੁਣ ਰਿਹਾ ਸੀ, ਜਿਹੜੇ ਹਰਜੀਤ ਗਰੇਵਾਲ ਨੇ ਉਹਨਾਂ ਨੇ ਤਾਂ ਬਿਲਕੁਲ ਕਲੀਅਰ ਹੀ ਕਹਿਤਾ ਸੀਗਾ ਕੰਗਣਾ ਰਣੌਤ ਨੂੰ ਕਿ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਵੀ ਸਾਡਾ ਲੀਡਰ ਕਿਸੇ ਭਾਈਚਾਰੇ ਦੇ ਖਿਲਾਫ਼ ਕੋਈ ਬੋਲੇ ਜਾਂ ਉਹਦੇ ਖਿਲਾਫ਼ ਲਿਖੇ ਜਾਂ ਉਹਦੇ ਖਿਲਾਫ਼ ਕੋਈ ਇੱਦਾਂ ਦੀਆਂ ਫਿਲਮਾਂ ਪ੍ਰਦਰਸ਼ਿਤ ਕਰੇ, ਇਹ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਕਿਸਾਨ ਨੇ, ਕਿਸਾਨ ਸਾਡਾ ਭਾਈਚਾਰਾ, ਕਿਸਾਨ ਸਾਡੇ ਭਰਾ ਨੇ, ਠੀਕ ਹੈ ਚਲੋ ਹੁਣ ਜਿਹੜਾ ਸਮੇਂ ਦੀ ਗੱਲ ਹੁੰਦੀ ਹੈ, ਸਮਾਂ ਕਦੋਂ ਕਿਸ ਤਰ੍ਹਾਂ ਦਾ ਬਦਲਦਾ ਕਿਸ ਤਰ੍ਹਾਂ ਨੇ, ਪਰ ਇਹ ਗੱਲ ਜ਼ਰੂਰ ਆ ਕਿ ਕੰਗਣਾ ਰਣੌਤ ਨੂੰ ਵੀ ਮੇਰੇ ਖਿਆਲ ਦੇ ਵਿੱਚ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਵਿਸ਼ੇਸ਼ ਭਾਈਚਾਰੇ ਦੇ ਖਿਲਾਫ਼ ਫਿਲਮਾਂ ਬਣਾਉਣੀਆਂ, ਨਾਟਕ ਫੈਲਾਉਣੇ, ਬੋਲਣਾ ਜਾਂ ਉਹਦੇ ਖਿਲਾਫ਼ ਲਿਖਣਾ ਜਾਂ ਉਹਦੇ ਖਿਲਾਫ਼ ਆਵਾਜ਼ ਉਠਾਉਣੀ, ਜਿਹੜੀ ਇੱਦਾਂ ਦਾ ਮੇਰੇ ਖਿਆਲ ਨਹੀਂ ਕਰਨਾ ਚਾਹੀਦਾ। ਅਤੇ ਖਾਸ ਕਰਕੇ ਚਾਹੇ ਉਹ ਭਾਈ ਹਿੰਦੂ ਭਾਈਚਾਰਾ ਜਾਂ ਸਿੱਖ ਭਾਈਚਾਰਾ ਕੋਈ ਵੀ ਕਮਿਊਨਿਟੀ ਹੈਗੀ ਹੈ, ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਔਰ ਬੀਜੇਪੀ ਦਾ ਇੱਕ ਚੰਗਾ ਕਦਮ ਹੈ, ਚੰਗੀ ਪਹਿਲਕਦਮੀ ਹੈ ਕਿ ਉਹਨਾਂ ਨੇ ਕੰਗਣਾ ਰਣੌਤ ਨੂੰ ਵੀ ਵਰਜਿਆ ਅਤੇ ਉਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਸਾਡਾ ਕੰਗਣਾ ਰਣੌਤ ਨਾਲ ਜਿਹੜਾ ਇਹ ਬਿਆਨ ਦਿੱਤਾ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਇਹ ਕੰਗਣਾ ਰਣੌਤ ਦਾ ਨਿੱਜੀ ਬਿਆਨ ਆ। ਫਿਲਮ ਐਮਰਜੈਂਸੀ ਕਦੋਂ ਲੱਗੇਗੀ, ਨਹੀਂ ਲੱਗੇਗੀ, ਇਹ ਹਾਲੇ ਸਥਿਤੀ ਸਪਸ਼ਟ ਨਹੀਂ। ਹਾਲ ਦੀ ਘੜੀ ਸਿਰ ਸਰਟੀਫਿਕੇਟ ਰੋਕਿਆ, ਸਰਟੀਫਿਕੇਟ ਦੇਣ ਤੋਂ ਮਨਾ ਨਹੀਂ ਕੀਤਾ, ਕੋਈ ਫਿਲਮ ਰੱਦ ਨਹੀਂ ਕੀਤੀ, ਇੱਦਾਂ ਦਾ ਕੁਛ ਨਹੀਂ। ਹਾਲੇ 2-4 ਦਿਨ ਸਾਰੀ ਸਥਿਤੀ ਹੈ ਜਿਹੜੀ ਉਹ ਸਪਸ਼ਟ ਹੋ ਜਾਏਗੀ। ਠੀਕ ਹੈ ਰਪਾਲ ਜੀ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ, ਜਿਸ ਤਰ੍ਹਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੀ ਫਿਲਮ ਐਮਰਜੈਂਸੀ ਤਾਂ ਉਸਨੂੰ ਜਿਹੜਾ ਸਰਟੀਫਿਕੇਟ ਆ ਉਹ ਨਹੀਂ ਦਿੱਤਾ ਗਿਆ, ਫਿਲਮ ਜਿਹੜੀ ਅਜੇ ਰੱਦ ਨਹੀਂ ਹੋਈ, ਸਿਨੇਮਾ ਕਰਨ ਦੇ ਵਿੱਚ 6 ਤਰੀਕ ਨੂੰ ਜਿਹੜਾ ਲੱਗ ਵੀ ਸਕਦੀ ਹੈ ਜਾਂ ਨਹੀਂ ਵੀ ਲੱਗ ਸਕਦੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਮੈਨੂੰ ਅਤੇ ਮੇਰੇ ਸਹਿਯੋਗੀ ਦੀ ਇਜਾਜ਼ਤ, ਧੰਨਵਾਦ।